ਬਈ ਆ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਯੂਕਰੇਨ ਦੇ ਇੱਕ ਪਿੰਡ ਦੇ ਮੁੰਡੇ ਦੀ ਹੈ ਜਿਸ ਨੇ ਭੁੱਖ ਦੇ ਕਾਰਨ ਆਪਣੇ 3 ਸਾਲ ਦੇ ਭਰਾ ਨੂੰ ਹੀ ਮਾਰ ਕੇ ਖਾ ਲਿਆ ਸੀ। ਜੀ ਹਾਂ, ਉਸ ਦਾ ਨਾਮ ਇਲਾਰਿਯਨ ਨਿਸ਼ਚੇਂਕੋ ਹੈ। ਇਹ 1921-1922 ਦੇ ਰੂਸੀ ਅਕਾਲ ਦੀ ਘਟਨਾ ਸੀ ਅਤੇ ਦੂਸਰੀ ਤਸਵੀਰ 1876 ਦੇ ਮਦਰਾਸ ਕਾਲ ਦੌਰਾਨ ਇੱਕ ਭੁੱਖੇ ਪਰਿਵਾਰ ਦੀ ਹੈ। ਹੁਣ ਕਲਪਨਾ ਕਰੋ ਕਿ ਅਸੀਂ ਇਸ ਯੁੱਗ ਵਿੱਚ ਇਹਨਾਂ ਸਥਾਨਾਂ ਵਿੱਚ ਪੈਦਾ ਹੋਏ ਹੁੰਦੇ ਤਾਂ ਅਸੀਂ ਵੀ ਉਹਨਾਂ ਬਦਕਿਸਮਤ ਲੋਕਾਂ ਵਿੱਚੋਂ ਇੱਕ ਹੋਣਾ ਸੀ। ਅਸੀਂ ਇੱਕ ਅਜਿਹੇ ਯੁੱਗ ਵਿੱਚ ਪੈਦਾ ਹੋਏ ਹਾਂ ਜੋ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵਿਕਸਿਤ ਯੁੱਗ ਹੈ। ਸਾਡੇ ਕੋਲ ਮਨੁੱਖੀ ਜਾਤੀ ਦੇ ਇਤਿਹਾਸ ਵਿੱਚ ਕਿਸੇ ਵੀ ਹੋਰ ਪੀੜ੍ਹੀ ਨਾਲੋਂ ਜ਼ਿਆਦਾ ਆਰਾਮ ਅਤੇ ਸਹੂਲਤ ਹੈ। ਅਸੀਂ ਕਦੇ-ਕਦੇ ਹੋਰ ਪ੍ਰਾਪਤ ਕਰਨ ਦੇ ਲਾਲਚ ਵਿੱਚ ਸਾਡੀ ਜ਼ਿੰਦਗੀ ਵਿੱਚ ਜੋ ਚੀਜ਼ਾਂ ਸਾਡੇ ਕੋਲ ਹਨ ਉਹਨਾਂ ਲਈ ਸ਼ੁਕਰਗੁਜ਼ਾਰ ਹੋਣਾ ਭੁੱਲ ਜਾਂਦੇ ਹਾਂ। ਸਾਡੇ ਕੋਲ ਸਾਡੀ ਥਾਲੀ ਵਿੱਚ ਭੋਜਨ ਹੈ ਅਤੇ ਸਾਡੇ ਸਿਰ ਤੇ ਛੱਤ ਹੈ ਜੋ ਹਜੇ ਵੀ ਕੁਝ ਲੋਕਾਂ ਲਈ ਸੁਪਨਾ ਹੈ। ਸਾਡੇ ਕੋਲ ਜੋ ਹੈ ਉਸ ਲਈ ਅਸੀਸ ਮਹਿਸੂਸ ਕਰਨ ਦੀ ਬਜਾਏ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਨਾ ਹੋਣ ਬਾਰੇ ਸ਼ਿਕਾਇਤ ਕਰਦੇ ਹਾਂ। ਇਸ ਲਈ ਮੇਰੇ ਦੋਸਤ, ਇਕੱਲੇਪਣ ਬਾਰੇ ਬੁਰਾ ਮਹਿਸੂਸ ਕਰਨ ਦੀ ਬਜਾਏ ਤੁਹਾਡੇ ਕੋਲ ਜੋ है उस लिए शुक्रगुजार महसूस करो। बई आ जिहड़ी तस्वीर तुसी देख रहे हो यह यूक्रेन दे एक पिंड दे मुंडे दी है जिसने भुख दे कारण अपने 3 साल दे भरा नूं ही मार के खा लिया सी। जी हां, उस दा नाम इलारियन निश्चेंको है। यह 1921-1922 दे रूसी अकाल दी घटना सी अते दूसरी तस्वीर 1876 दे मद्रास काल दौरान एक भुखे परिवार दी है। हुण कल्पना करो कि असीं इस युग विच इन्हां स्थानां विच पैदा होए हुंदे तां असीं भी उन्हां बदकिस्मत लोकां ਵਿੱਚੋਂ ਇੱਕ ਹੋਣਾ ਸੀ। ਅਸੀਂ ਇੱਕ ਅਜਿਹੇ ਯੁੱਗ ਵਿੱਚ ਪੈਦਾ ਹੋਏ ਹਾਂ ਜੋ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵਿਕਸਿਤ ਯੁੱਗ ਹੈ। ਸਾਡੇ ਕੋਲ ਮਨੁੱਖੀ ਜਾਤੀ ਦੇ ਇਤਿਹਾਸ ਵਿੱਚ ਕਿਸੇ ਵੀ ਹੋਰ ਪੀੜ੍ਹੀ ਨਾਲੋਂ ਜ਼ਿਆਦਾ ਆਰਾਮ ਅਤੇ ਸਹੂਲਤ ਹੈ। ਅਸੀਂ ਕਦੇ-ਕਦੇ ਹੋਰ ਪ੍ਰਾਪਤ ਕਰਨ ਦੇ ਲਾਲਚ ਵਿੱਚ ਸਾਡੀ ਜ਼ਿੰਦਗੀ ਵਿੱਚ ਜੋ ਚੀਜ਼ਾਂ ਸਾਡੇ ਕੋਲ ਹਨ ਉਹਨਾਂ ਲਈ ਸ਼ੁਕਰਗੁਜ਼ਾਰ ਹੋਣਾ ਭੁੱਲ ਜਾਂਦੇ ਹਾਂ। ਸਾਡੇ ਕੋਲ ਸਾਡੀ ਥਾਲੀ ਵਿੱਚ ਭੋਜਨ ਹੈ ਅਤੇ ਸਾਡੇ ਸਿਰ ਤੇ ਛੱਤ ਹੈ ਜੋ ਹਜੇ ਵੀ ਕੁਝ ਲੋਕਾਂ ਲਈ ਸੁਪਨਾ ਹੈ। ਸਾਡੇ ਕੋਲ ਜੋ ਹੈ ਉਸ ਲਈ ਅਸੀਸ ਮਹਿਸੂਸ ਕਰਨ ਦੀ ਬਜਾਏ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਨਾ ਹੋਣ ਬਾਰੇ ਸ਼ਿਕਾਇਤ ਕਰਦੇ ਹਾਂ। ਇਸ ਲਈ ਮੇਰੇ ਦੋਸਤ, ਇਕੱਲੇਪਣ ਬਾਰੇ बुरा महसूस करने की बजाय तुहाडे कोल जो है उस लई शुक्रगुजार महसूस करो। बई आ जिहड़ी तस्वीर तुसी देख रहे हो ये यूक्रेन दे एक पिंड दे मुंडे दी है जिसने भुख दे कारण अपने 3 साल दे भरा नूं ही मार के खा लिया सी। जी हां, उस दा नाम इलारियन निश्चेंको है। ये 1921-1922 दे रूसी अकाल दी घटना सी अते दूसरी तस्वीर 1876 दे मद्रास काल दौरान एक भुखे परिवार दी है। हुण कल्पना करो कि असीं इस युग विच इन्हां स्थानां विच पैदा होए हुंदे तां असीं भी उन्हां बदकिस्मत ਲੋਕਾਂ ਵਿੱਚੋਂ ਇੱਕ ਹੋਣਾ ਸੀ। ਅਸੀਂ ਇੱਕ ਅਜਿਹੇ ਯੁੱਗ ਵਿੱਚ ਪੈਦਾ ਹੋਏ ਹਾਂ ਜੋ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵਿਕਸਿਤ ਯੁੱਗ ਹੈ। ਸਾਡੇ ਕੋਲ ਮਨੁੱਖੀ ਜਾਤੀ ਦੇ ਇਤਿਹਾਸ ਵਿੱਚ ਕਿਸੇ ਵੀ ਹੋਰ ਪੀੜ੍ਹੀ ਨਾਲੋਂ ਜ਼ਿਆਦਾ ਆਰਾਮ ਅਤੇ ਸਹੂਲਤ ਹੈ। ਅਸੀਂ ਕਦੇ-ਕਦੇ ਹੋਰ ਪ੍ਰਾਪਤ ਕਰਨ ਦੇ ਲਾਲਚ ਵਿੱਚ ਸਾਡੀ ਜ਼ਿੰਦਗੀ ਵਿੱਚ ਜੋ ਚੀਜ਼ਾਂ ਸਾਡੇ ਕੋਲ ਹਨ ਉਹਨਾਂ ਲਈ ਸ਼ੁਕਰਗੁਜ਼ਾਰ ਹੋਣਾ ਭੁੱਲ ਜਾਂਦੇ ਹਾਂ। ਸਾਡੇ ਕੋਲ ਸਾਡੀ ਥਾਲੀ ਵਿੱਚ ਭੋਜਨ ਹੈ ਅਤੇ ਸਾਡੇ ਸਿਰ ਤੇ ਛੱਤ ਹੈ ਜੋ ਹਜੇ ਵੀ ਕੁਝ ਲੋਕਾਂ ਲਈ ਸੁਪਨਾ ਹੈ। ਸਾਡੇ ਕੋਲ ਜੋ ਹੈ ਉਸ ਲਈ ਅਸੀਸ ਮਹਿਸੂਸ ਕਰਨ ਦੀ ਬਜਾਏ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਨਾ ਹੋਣ ਬਾਰੇ ਸ਼ਿਕਾਇਤ ਕਰਦੇ ਹਾਂ। ਇਸ ਲਈ ਮੇਰੇ ਦੋਸਤ, ਇਕੱਲੇ मन बारे बुरा महसूस करने की बजाय तुहाडे कोल जो है उस लई शुक्रगुजार महसूस करो। बई आ जिहड़ी तस्वीर तुसी देख रहे हो ये यूक्रेन दे एक पिंड दे मुंडे दी है जिसने भुख दे कारण अपने 3 साल दे भरा नूं ही मार के खा लिया सी। जी हां, उस दा नाम इलारियन निश्चेंको है। ये 1921-1922 दे रूसी अकाल दी घटना सी अते दूसरी तस्वीर 1876 दे मद्रास काल दौरान एक भुखे परिवार दी है। हुण कल्पना करो कि असीं इस युग विच इन्हां स्थानां विच पैदा होए हुंदे तां असीं भी उन्हां बदकिस्मत लोकां ਵਿੱਚੋਂ ਇੱਕ ਹੋਣਾ ਸੀ। ਅਸੀਂ ਇੱਕ ਅਜਿਹੇ ਯੁੱਗ ਵਿੱਚ ਪੈਦਾ ਹੋਏ ਹਾਂ ਜੋ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵਿਕਸਿਤ ਯੁੱਗ ਹੈ। ਸਾਡੇ ਕੋਲ ਮਨੁੱਖੀ ਜਾਤੀ ਦੇ ਇਤਿਹਾਸ ਵਿੱਚ ਕਿਸੇ ਵੀ ਹੋਰ ਪੀੜ੍ਹੀ ਨਾਲੋਂ ਜ਼ਿਆਦਾ ਆਰਾਮ ਅਤੇ ਸਹੂਲਤ ਹੈ। ਅਸੀਂ ਕਦੇ-ਕਦੇ ਹੋਰ ਪ੍ਰਾਪਤ ਕਰਨ ਦੇ ਲਾਲਚ ਵਿੱਚ ਸਾਡੀ ਜ਼ਿੰਦਗੀ ਵਿੱਚ ਜੋ ਚੀਜ਼ਾਂ ਸਾਡੇ ਕੋਲ ਹਨ ਉਹਨਾਂ ਲਈ ਸ਼ੁਕਰਗੁਜ਼ਾਰ ਹੋਣਾ ਭੁੱਲ ਜਾਂਦੇ ਹਾਂ। ਸਾਡੇ ਕੋਲ ਸਾਡੀ ਥਾਲੀ ਵਿੱਚ ਭੋਜਨ ਹੈ ਅਤੇ ਸਾਡੇ ਸਿਰ ਤੇ ਛੱਤ ਹੈ ਜੋ ਹਜੇ ਵੀ ਕੁਝ ਲੋਕਾਂ ਲਈ ਸੁਪਨਾ ਹੈ। ਸਾਡੇ ਕੋਲ ਜੋ ਹੈ ਉਸ ਲਈ ਅਸੀਸ ਮਹਿਸੂਸ ਕਰਨ ਦੀ ਬਜਾਏ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਨਾ ਹੋਣ ਬਾਰੇ ਸ਼ਿਕਾਇਤ ਕਰਦੇ ਹਾਂ। ਇਸ ਲਈ ਮੇਰੇ दोस्त, इकल्लेपन बारे बुरा महसूस करने की बजाय तुहाडे कोल जो है उस लई शुक्रगुजार महसूस करो।